ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਤੀਜੇ ਗਰੁੱਪ ਮੁਕਾਬਲੇ ਵਿੱਚ ਆਸਟ੍ਰੇਲੀਆ ਤੋਂ 2-2 ਮੁਕਾਬਲੇ 4 ਗੋਲਾਂ ਦੇ ਨਾਲ ਹਾਰ ਗਈ ਹੈ। ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਆਸਟ੍ਰੇਲੀਆ ਨੇ ਜਲਦੀ ਹੀ ਮੈਚ ਵਿੱਚ 2-0 ਦੀ ਬੜਤ ਬਣਾ ਲਈ। ਹਾਫ ਟਾਈਮ ਤੱਕ ਭਾਰਤ ਦੀ ਟੀਮ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਪਿੱਛੇ ਸੀ। ਭਾਰਤ ਵੱਲੋਂ ਪਹਿਲੇ ਹਾਫ ਵਿੱਚ ਰੁਪਿੰਦਰਪਾਲ ਸਿੰਘ ਨੇ ਗੋਲ ਕੀਤਾ, ਉਸਨੇ ਪੈਨਲਟੀ ਕਾਰਨਰ ਉੱਤੇ ਇਹ ਗੋਲ ਕੀਤਾ। ਹਾਫ ਟਾਈਮ ਤੋਂ ਬਾਅਦ ਭਾਰਤੀ ਟੀਮ ਨੇ ਰੱਖਿਆਤਮਕ ਖੇਡ ਖੇਡੀ। ਭਾਰਤੀ ਟੀਮ ਨੇ ਹਾਫ ਟਾਈਮ ਤੋਂ ਬਾਅਦ ਮੈਦਾਨੀ ਗੋਲ ਦੇ 1-1 ਮਿਲੇ ਮੌਕੇ ਨੂੰ ਗੋਲ ਵਿੱਚ ਤਬਦੀਲ ਕਰਨ 'ਚ ਸਫਲਤਾ ਹਾਸਲ ਕੀਤੀ। ਇਹ ਗੋਲ ਰਮਨਦੀਪ ਸਿੰਘ ਨੇ ਕੀਤਾ। ਭਾਰਤੀ ਟੀਮ ਹੁਣ ਆਪਣੇ ਆਖਰੀ ਗਰੁੱਪ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਦੇ ਨਾਲ ਭਿੜੇਗੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।